ਇਹ ਭੈਣ ਦਾ ਨਾਮ ਬਬਲੀ ਹੈ, ਦੱਸਦੇ ਨੇ ਕਿ 2 ਸਾਲਾਂ ਤੋਂ ਇਹਨਾਂ ਨੂੰ ਗਠੀਏ ਦਾ ਰੋਗ ਸੀ। ਕਹਿੰਦੇ ਵੀ ਉੱਠਣਾ ਬੈਠਣਾ ਬਹੁਤ ਮੁਸ਼ਕਲ ਸੀ, ਖਾਣਾ ਪੀਣਾ ਬਹੁਤ ਮੁਸ਼ਕਲ ਸੀ। ਇਹ ਸੋਚਦੇ ਕਿ ਮੈਂ ਹੁਣ ਠੀਕ ਨਹੀਂ ਹੋ ਸਕਦੀ, ਬਹੁਤ ਦਵਾਈ ਇਹਨਾਂ ਨੇ ਖਾਧੀ, ਕੋਈ ਫਰਕ ਨਹੀਂ ਪਿਆ। ਕਹਿੰਦੇ ਮੈਂ ਪਹਿਲੀ ਵਾਰੀ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਵਿੱਚ ਆਈ ਹਾਂ, ਔਰ ਪਹਿਲੀ ਵਾਰੀ ਪ੍ਰਾਰਥਨਾ ਦੇ ਵਿੱਚ ਭਾਗ ਲੈਣ ਦੇ ਦੁਆਰਾ ਮੈਨੂੰ ਮਹਿਸੂਸ ਹੁੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਜੋ ਬੰਧਨ ਸੀ ਮੇਰੇ ਸਰੀਰ ਦੇ ਵਿੱਚ ਉਹ ਸਾਰੇ ਬੰਧਨਾਂ ਨੂੰ ਤੋੜ ਦਿੱਤਾ ਹੈ। ਪ੍ਰਭੂ ਯਿਸੂ ਮਸੀਹ ਨੇ ਇਸ ਬਿਮਾਰੀ ਤੋਂ ਮੈਨੂੰ ਆਜ਼ਾਦ ਕੀਤਾ ਹੈ, ਇਸ ਲਈ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦੇ ਨੇ। ਹਾਲੇਲੂਯਾ, 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 ਹਾਲੇਲੂਯਾ।